बहुत ही ईश्वरी जेठ तो घड़ी देखियो को आज पग पर पग देख बैठ गया खाड़े छी हमें आपी बड़े आपी दाना भेड़ा तुड़ी भेड़ी हुए। नमस्कार किसान साथियों, इस वीडियो में हम बात करेंगे गेहूं काटने वाली हार्वेस्टर के बारे में। वीडियो में जैसे कि आप देख पा रहे हो, अपने आप गेहूं काटेगी, अपने आप भूसा एकत्रित करेगी और शानदार भूसा बनाएगी भी। यानी कि आज के दौर में, वर्तमान समय में इसकी काफ़ी डिमांड है, क्योंकि इस वर्ष तूड़ी के भाव 800 रुपये क्विंटल अभी सीजन में भी चल रहे हैं। तो जैसे कि आप देख पा रहे हैं, ज़मीन के बिल्कुल नीचे से काट रही है, यानी कि अगर हम रिपर की बात करें तो रिपर की तरह ही कार्य करेगी और साथ के साथ तूड़ी और गेहूं दोनों एक साथ एकत्रित करेगी। वर्तमान समय में अच्छी इसकी डिमांड है और किसान इसके इंतज़ार में लाइन में लग लग के अपनी गेहूं कटवाने के लिए वेटिंग में लगे पड़े हैं, क्योंकि इसके साथ साथ आप दाने और तूड़ी दोनों एक साथ एकत्रित कर सकते हो। किसी भी प्रकार की आंधी हवा तूफान की कोई खतरा नहीं है। हर बार क्या है कि बड़ी वाली हार्वेस्टर से अपने गेहूं कटवाने के बाद अगर बारिश आ जाती है या आंधी तूफान आ जाती है तो फिर तूड़ी कम बन पाती है, क्योंकि गेहूं का जो भूसा है कचरा वो ज़मीन पे चिपक जाता है और फिर तूड़ी बनाने वाली मशीन है वो उसको पूरे को उठा नहीं पाती। तो इस विधि से, इस मशीन से अगर आप अपनी गेहूँ निकलवाते हैं तो गेहूँ और तूड़ी दोनों एक साथ आप एकत्रित कर सकते हो, यानी कि गुठली के गुठली और आम के आम दोनों के दाम। तो वही बात है इस वीडियो में, और बाकी दूसरी मशीनें कैसे कार्य कर रही हैं वो भी आपको मैं इस वीडियो में आगे बताऊंगा। तो बने रहे इस वीडियो पे, कीमत सारी जानकारी। अच्छा चर्चा चाचा, ए तोड़ी मशीन दी तुड़ी है? हाँ जी, अपनी मशीन दी तुड़ी है। दिखाओ गनी। हाँ देखो सारा। अच्छा हाँ, बढ़िया तुड़ी है जी। मतलब जिम्मे पशु खाते है जिहे जी कहिंदे है, मालकां ने पसंद करके दिती है तुड़ी। अच्छा। पहला थोड़ी ज्यादा बरीक सी, कहिंदे थोड़ी जी मोटी करो, तां थोड़ी जी होर मोटी करी है। अच्छा, छोटी वड्डी भी हो जूगी? हुंदी है जी, ਜਿਵੇਂ ਮਰਜ਼ੀ ਉਵੇਂ ਕਰ ਲਾਂਗੇ। ਜਿਵੇਂ ਮਰਜ਼ੀ ਕਰੋ ਜੀ। ਠੀਕ ਹੈ ਜੀ। ਇਹ ਆਪਣੀ ਮਸ਼ੀਨ ਦਾ ਆਹ ਕਟਾਈ ਹੈ ਜੀ, ਆਪਣੀ ਦੀ। ਇਹ ਦੇਖ ਲਓ, ਕੋਈ ਬੱਲੀ ਰਹਿੰਦਾ, ਛਿੱਟਾ ਰਹਿੰਦਾ ਜਾਂ ਕੋਈ ਮਤਲਬ ਥੱਲੇ ਵੀ ਕਿਵੇਂ ਸਫਾਈ ਕਰਦੀ ਹੈ, ਕਿਵੇਂ ਮਤਲਬ ਦਾਣਾ ਕੱਢਦੀ ਹੈ। ਠੀਕ ਹੈ। ਹਾਂ ਵੀ ਦੂਜੀ ਮਸ਼ੀਨ ਨੂੰ ਇਹਦਾ ਅੰਤਰ ਤਾਂ ਹੈਗੀ ਹੈ, ਤੂੜੀ ਵੀ ਇੱਕ ਟਾਈਮ ਬਣਾਉਂਦੀ ਹੈ ਅਤੇ ਦਾਣੇ ਵੀ ਇੱਕ ਟਾਈਮ ਕੱਢਦੀ ਹੈ। ਇਹ ਤੁਹਾਡੇ ਸਾਹਮਣੇ ਕਟਾਈ ਕਰਦੀ ਆ ਰਹੀ ਹੈ ਮਸ਼ੀਨ। ਆਹ ਤਾਂ ਜੀ ਹੁਣ ਤੁਹਾਨੂੰ ਦਿਖਦਾ ਹੀ ਹੈ ਜਿਹੜਾ ਕੰਮ ਇਸ ਮਸ਼ੀਨ ਦਾ ਕਰਿਆ ਹੋਇਆ। ਕਿਹੜਾ ਕੰਮ ਚਾਚਾ? ਇਹ ਬੱਲੀ ਜਾਂ ਦਾਣਾ ਹੱਥ 'ਚ ਲੈ ਕੇ ਦਿਖਾ ਚਾਚਾ। ਆਹ ਦੇਖੋ ਵੀ ਆਹ ਕੰਪੈਨ ਦਾ ਕੱਟਿਆ ਵਾ, ਇਹ ਕੰਪੈਨ ਦਾ ਕੱਟਿਆ ਵਾ। ਹਾਜੀ ਜੋ ਠੀਕ ਹੈ, ਅਤੇ ਉਹ ਆਪਣੀ ਮਸ਼ੀਨ ਕਰਦੀ ਹੈ ਜਿਹੜੀ, ਉਹ ਜਮ੍ਹਾਂ ਨੀਚਿਓਂ ਲੈਂਦੀ ਹੈ। ਠੀਕ ਹੈ। ਇਹਦੇ 'ਚੋਂ ਦਾਣਾ ਜਾਂ ਤੂੜੀ ਵਾਲੀ ਦੇ ਵਿੱਚ ਆਵੇ, ਉਹ ਅੱਧਾ ਆਵੇ, ਚੌਥਾ ਹਿੱਸਾ ਆਵੇ, ਨੁਕਸਾਨ ਤਾਂ ਹੈ ਹੀ ਜ਼ਿਮੀਦਾਰ ਦਾ। ਕਿੱਲੇ ਦੀ ਗੱਲ ਕਰੀਏ ਤਾਂ ਚਾਚਾ, ਕਿੰਨੀ ਕੁਇੰਟਲ ਹੋ ਜੂਏ ਜਿਹੜੀ ਹੈ ਇੱਥੇ ਥੱਲੇ ਪਈਆਂ? ਘੱਟੋ ਘੱਟ 2-3 ਕੁਇੰਟਲ ਹੋਣੀ ਚਾਹੀਦੀ ਹੈ, ਮਤਲਬ ਜਿਹੜੇ ਹਿਸਾਬ ਨਾਲ ਇੱਥੇ ਆ ਛੱਡੀ ਪਈ ਆ ਕਣਕ। ਛੱਡੀ ਪਈ ਹੈ। ਹਾਂ ਵੀ ਜੇ ਕਿਤੋਂ ਟਿੱਕੀ ਨਹੀਂ ਰਹੇਗੀ ਚਾਚਾ ਪਿੱਛੇ? ਡਿੱਗੀ ਵੀ ਕਰਕੇ ਮਤਲਬ ਕਣਕ ਦਾ ਉਹ ਕੰਪੈਨ ਉੱਪਰੋਂ ਉੱਪਰੋਂ ਕਾਟਦੀ ਹੈ ਨਾ, ਥੱਲੇ ਤਾਂ ਨੀਚੇ ਤਾਂ ਉੱਤਰਦੀ ਕੋਈ ਨਹੀਂ। ਅਗਲਾ ਨਾ ਥੱਲਿਓਂ ਚੱਕਦਾ ਹੈ, ਜੇ ਥੱਲਿਓਂ ਚੱਕਦਾ ਤਾਂ ਕਹਿੰਦੇ ਤੂੜੀ ਨਹੀਂ ਬਣਦੀ। ਅੱਛਾ, ਤਾਂ ਉਹ ਉੱਥੋਂ ਬੱਲੀਆਂ ਬੱਲੀਆਂ ਕੱਟ ਦਿੰਦੇ ਆ। ਫਿਰ ਤੂੜੀ ਜ਼ਰੂਰੀ ਹੈ ਕਿ ਦਾਣੇ ਜ਼ਰੂਰੀ ਹੈ ਚਾਚਾ? ਇਹ ਤਾਂ ਹੁਣ ਜ਼ਿਮੀਦਾਰਾਂ ਨੂੰ ਚਾਹੀਦਾ ਵੀ ਮਤਲਬ ਸਾਨੂੰ ਦਾਣੇ ਚਾਹੀਦੇ ਕਿ ਤੂੜੀ ਚਾਹੀਦੀ ਹੈ? ਮੈਂ ਤਾਂ ਸੋਚਦਾ ਚਾਚਾ, ਸਾਨੂੰ ਦੋਵੇਂ ਹੀ ਚਾਹੀਦੀ ਹੈ, ਤੂੜੀ ਵੀ ਚਾਹੀਦੀ ਹੈ ਤੇ ਦਾਣੇ ਵੀ ਚਾਹੀਦੇ ਆ। ਇਹਦੇ ਹਿਸਾਬ ਨਾਲ ਤਾਂ ਐਂ ਲੱਗਦਾ ਵੀ ਜ਼ਿਮੀਦਾਰ ਨੂੰ ਇਕੱਲੀ ਤੂੜੀ ਚਾਹੀਦੀ ਹੈ, ਦਾਣਾ ਚਾਹੀਦਾ ਹੀ ਨਹੀਂ। ਚਾਹੀਦਾ ਹੀ ਨਹੀਂ। ਚਾਚਾ, ਕਿੰਨੇ ਰੁਪਏ ਦੀ ਮਸ਼ੀਨ ਹੈ ਇਹ? 13.5 ਲੱਖ ਦੀ ਹੈ, ਜਿਹੜਾ ਟੌਪ ਮਾਡਲ ਹੈ। ਤੇ ਹੋਰ ਵੀ ਮਾਡਲ ਆਉਂਦੇ ਆ? ਮਾਡਲ ਹੈਗੇ ਆ। ਕਿੰਨੇ ਮਾਡਲ ਹੈ? ਇੱਕ ਹੈਗਾ, 3 ਮਾਡਲ ਹੈ। ਤਿੰਨਾਂ ਦੀ ਕੀ ਕੀਮਤ ਹੈ? ਤਿੰਨਾਂ ਦੀ ਇੱਕ ਦੀ ਤਾਂ 15 ਲੱਖ ਹੈ, ਮਤਲਬ ਜਿਹੜੀ 4x4 ਹੈ। ਜਿਹੜੀ ਇਹ ਹੈ ਟੌਪ ਮਾਡਲ 'ਚ, ਇਹਦਾ 13.5 ਲੱਖ ਹੈ। ਇੱਕ ਹੈਗੀ ਹੈ 9.5 ਲੱਖ ਦੀ, 10 ਲੱਖ ਦੀ। ਕਿਹੜੇ ਕਿਹੜੇ ਟਰੈਕਟਰ 'ਚ ਕੰਮ ਕਰੂਗੀ? ਇਹ ਕਰੂਗੀ 55 HP ਹੋਵੇ। 55 ਤੋਂ ਵੱਡਾ ਹੋਵੇ ਤਾਂ? ਜਿੰਨਾ ਮਰਜ਼ੀ ਵੱਡਾ ਤਾਂ ਜਿੰਨਾ ਮਰਜ਼ੀ ਹੋਵੇ। ਕੋਈ ਸਾ ਵੀ ਕੰਪਨੀ ਦਾ ਹੋਵੇ? ਕਿਸੇ ਦਾ ਹੋਵੇ, ਛੋਟਾ ਨਾ ਹੋਵੇ, ਵੱਡਾ ਜਿੰਨਾ ਮਰਜ਼ੀ ਹੋਵੇ। 4x4 'ਚ ਕਿਹੜਾ ਟਰੈਕਟਰ ਹੋਵੇ? 4x4 'ਚ ਵੀ ਕੋਈ ਲਿਆਓ, ਆਪਾਂ ਉਹੀ ਫਿੱਟ ਕਰ ਦਾਂਗੇ। ਠੀਕ ਹੈ। ਅਤੇ ਹੁਣ ਆਪਾਂ ਜੀ ਗੱਲ ਕਰੀਏ, ਪਿੱਛੇ ਤੂੜੀ ਕਿੰਨੀ ਆਊਗੀ? ਤੂੜੀ ਡੱਬੇ 'ਚ ਜ਼ਿਮੀਦਾਰ ਨੂੰ ਜਿਹੜੀ ਹੁਣ ਅਸੀਂ ਵੱਢਦੇ ਹਾਂ ਉਹਨੂੰ 8 ਕੁਇੰਟਲ ਕਹਿ ਕੇ ਵੱਢਦੇ ਹਾਂ, ਵੀ ਜੇ 7 ਰਹੇਗੀ ਤਾਂ ਭਾਵੇਂ 7 ਦਾ ਪੈਸਾ ਦੇ ਦੀ, 9 ਹੋ ਗਈ ਤਾਂ 9 ਦਾ ਦੇ ਦੀ। ਸਾਡੇ ਹਿਸਾਬ ਨਾਲ ਡੱਬੇ 'ਚ 10 ਕੁਇੰਟਲ ਤੂੜੀ ਆ ਰਹੀ ਹੈ। ਅਤੇ ਦਾਣੇ ਕਿੰਨੇ ਆਉਂਦੇ ਆ? ਦਾਣੇ 9 ਕੁਇੰਟਲ ਆ ਜਾਂਦੇ ਆ ਜੀ। ਜੇ ਕੋਈ ਬੰਦਾ ਇਹ ਮਸ਼ੀਨ ਲੈਣੀ ਚਾਹੇ ਤਾਂ ਨੰਬਰ ਕੀ ਹੈ ਤੁਹਾਡਾ? ਨੰਬਰ 98-143-74-070। ਠੀਕ ਹੈ। ਇੱਕ ਹੈਗਾ 78-916-34-199-1-899, ਸਾਰਾ ਸੇਮ ਨੰਬਰ ਇਹੀ ਲਾ ਕੇ। ਠੀਕ ਹੈ। ਹਾਂਜੀ, ਹੁਣ ਤੁਸੀਂ ਮੈਨੂੰ ਦੱਸੋ ਤੁਹਾਡੀ ਕੰਪਨੀ ਕਿੱਥੇ ਹੈ? ਸਾਡੀ ਸੋਪਰਾ ਮੌੜ, ਜ਼ਿਲ੍ਹਾ ਬਰਨਾਲਾ, ਤਹਿਸੀਲ ਤਪਾ। ਅਤੇ ਮਸ਼ੀਨ ਹੁਣ ਤੁਹਾਡੀ ਚੱਲ ਰਹੀ ਹੈ ਕਿ ਤੁਸੀਂ ਮਾਲਿਕ ਹੋ, ਕੌਣ ਹੋ ਤੁਸੀਂ?
ਅਸੀਂ ਮਾਲਕ ਹਾਂ ਜੀ ਮਸ਼ੀਨ ਦੇ। ਮਸ਼ੀਨ ਦੇ ਮਾਲਕ ਹੋ ਜਾਂ ਮਿਸਤਰੀ ਹੋ? ਨਹੀਂ ਮਿਸਤਰੀ ਆ, ਮਤਲਬ ਬਣਾਉਨੇ ਵੀ ਆ ਤੇ ਚਲਾਉਨੇ ਵੀ ਆ, ਦੋਨੇ ਕੰਮ ਹੀ ਕਰਦੇ ਆ। ਦੋਵੇਂ ਹੀ ਕੰਮ ਕਰਦੇ ਹੋ? 8 ਮਸ਼ੀਨ ਚਲਾ ਵੀ ਰਹੇ ਆ ਤੇ ਉੱਥੇ ਕੰਪਨੀ ਚ ਬਣਾ ਵੀ ਰਹੇ ਆ, ਸਾਰਾ ਬੰਦਾ ਨਾਲ ਲੈ ਆਉਨੇ ਆ। ਤੁਹਾਡਾ ਕੀ ਨਾਮ ਹੈ? ਲੀਲਾ ਸਿੰਘ। ਜੇ ਕੋਈ ਬੰਦਾ ਲੈਣੀ ਹੋਵੇ ਤਾਂ ਕਿਵੇਂ ਲਵੇ? ਲੈਣ ਤਾਂ ਕੈਸ਼ ਤੇ ਦੇ ਰਹੇ ਆ ਹਜੇ ਤਾਂ। ਟੋਟਲ ਕੈਸ਼ ਸੀ? ਟੋਟਲ ਕੈਸ਼ ਤੇ ਦੇ ਰਹੇ ਆ। ਕੋਈ ਐਡਵਾਂਸ ਬੁਕਿੰਗ ਹੈਗੀ? ਐਡਵਾਂਸ ਤਾਂ ਮਤਲਬ ਜਿਹੜਾ ਬੁਕਿੰਗ ਕਰਾਉਂਦਾ ਉਹਨੂੰ ਮਿਲ ਜਾਂਦੀ ਹੈ। ਜੇ ਕੋਈ ਬੁਕਿੰਗ ਦੇਖਦਾ ਵੀ ਆਪਾਂ ਨੇੜੇ ਜਾ ਕੇ ਲੈ ਲਾਂਗੇ, ਉਹ ਨਹੀਂ ਮਸ਼ੀਨ ਮਿਲ ਸਕਦੀ, ਮਤਲਬ ਪਹਿਲਾਂ 2 ਮਹੀਨੇ ਪਹਿਲਾਂ ਬੁਕਿੰਗ ਕਰਾਉਣੀ ਪੈਂਦੀ ਹੈ। ਠੀਕ ਹੈ, ਹਾਂਜੀ। ਤੋ ਆਜ ਕਾਸ਼ੀ ਰਾਮ ਜੀ ਕੇ ਖੇਤ ਮੇ ਚੱਲ ਰਹੀ ਹੈ, ਇਨਸੇ ਪੁੱਛਤੇ ਹੈ ਕਿ ਇਨਕੋ ਕੈਸੀ ਲਗੀ? ਕੈਸੀ ਲਗੀ ਆਪਕੋ ਮਸ਼ੀਨ? ਬਹੁਤ ਬੜੀਆ। ਤੋ ਆਪ ਤੋ ਹਮੇਸ਼ਾ ਰੀਪਰ ਸੇ ਕਾਟਤੇ ਹੋ, ਆਪਕੀ ਖੁਦ ਕੀ ਰੀਪਰ ਵੀ ਹੈ? ਰੀਪਰ ਹੈ, ਰੀਪਰ ਤੋ ਫੇਲ ਹੈ ਅਭੀ। ਕੈਸੇ? ਅਬ ਮੌਸਮ ਖਰਾਬ ਹੋਇਆ ਔਰ ਹੋਇਆ ਨਹੀਂ, ਤੋ ਕੋਈ ਟੈਨਸ਼ਨ ਕੋ ਨਹੀਂ, ਤੂੜੀ ਆਗੇ ਆਗੇ ਬਣ ਜੀ, ਆਗੇ ਕਣਕ ਨਿਕਲ ਜੀ। ਮਤਲਬ ਦੋਨੋ ਕੰਮ ਇੱਕ ਸਾਥ ਇੱਕ ਹੀ ਦਿਨ? ਇੱਕ ਸਾਥ ਹੋਇਆ ਹੈ। ਕਿਤੋ ਰੁਪਏ ਲੈ ਰਹੇ ਕੰਬਾਈਨ ਵਾਲੇ ਆਪਸੇ? 2200 ਰੁਪਿਆ। 2200 ਰੁਪਏ ਬੀਘੇ ਕਾ, ਏਕੜ ਕਾ ਜਾਂ ਡੱਬੇ ਕਾ? ਡੱਬੇ ਕਾ। ਡੱਬੇ ਕਾ, ਹਾਂ। ਬੀਘੇ ਮੇ ਕਿਤਨੇ ਡੱਬੇ ਬਣ ਰਹੇ? ਬੀਘੇ ਮੈਂ ਲਗਭਗ 1.25 ਡੱਬੋ। 1.25 ਡੱਬਾ ਬਣ ਰਿਹਾ? ਹਾਂ। ਤੋ ਮਤਲਬ ਆਪਕਾ ਇਸਕਾ ਰਿਜ਼ਲਟ ਦੇਖ ਕੇ ਆਪ ਖੁਸ਼ ਹੋ? ਬਹੁਤ ਹੀ। ਇਸ ਰਿਜ਼ਲਟ ਤੋ ਘੜੀ ਦੇਖਿਓ ਕੋ ਨਹੀਂ, ਆਜ ਪਗ ਪਰ ਪਗ ਦੇਖ ਬੈਠ ਗਿਆ ਖਾੜਾ ਸੀ ਹਮੇ, ਔਰ ਆਪੀ ਵੱਡ ਹੈ, ਆਪੀ ਦਾਣਾ ਭੇੜਾ ਹੋਇਆ, ਤੂੜੀ ਭੇੜੀ ਹੋਇਆ।